ਇਹ ਅਸਲ ਦੇ ਵਿੱਚ ਐਨ ਡੀ ਆਰ ਐਫ ਦੀ ਟੀਮ ਆਈ ਵੀ ਹੈ, ਉਹ ਅੱਗੇ ਅੰਦਰ ਗਈ ਵੀ ਹੈ ਅਤੇ ਹਜੇ ਤੱਕ ਜਿਹੜੇ ਨੌ ਜਿਹੜੇ ਕਨਫਰਮ ਡੈਥ ਹੈ ਅਤੇ ਉਹਦੇ ਵਿੱਚ ਉਹ ਸਿਵਲ ਹੋਸਪਿਟਲ ਦੇ ਵਿੱਚ ਪਾਰਟੀਜ਼ ਹੈਗੀਆਂ ਸਾਡੀਆਂ, ਉਹ ਚੈੱਕ ਕਰ ਰਹੀਆਂ। ਦੋ ਅਨਕੌਂਸ਼ੀਅਸ ਹੈ, ਉਹਨਾਂ ਵਿੱਚੋਂ ਇੱਕ ਨੂੰ ਹੋਸ਼ ਆ ਗਈ। ਉਹਨੇ ਦੱਸਿਆ ਵੀ ਕਰਿਆਨੇ ਵਾਲੀ ਇੱਕ ਦੁਕਾਨ ਸੀ ਅਤੇ ਉਹਦੇ ਵਿੱਚੋਂ ਕੋਈ ਗੈਸ ਨਿਕਲੀ ਆ, ਹਜੇ ਉਹ ਸੋਰਸ ਨਹੀਂ ਪਤਾ ਲੱਗਿਆ ਗਾ। ਅੱਗੇ ਐਨ ਡੀ ਆਰ ਐਫ ਦੀ ਟੀਮ ਅੱਗੇ ਜਾਊਗੀ, ਪਰ ਇਹਦੇ 'ਚ ਇਹ ਆ ਵੀ ਟਾਈਮਲੀ ਐਕਸ਼ਨ ਹੋਣ ਨਾਲ ਇਹ ਹੋ ਗਿਆ ਵੀ ਬਹੁਤ ਸਾਰੇ ਬੰਦੇ ਅੰਦਰ ਜਾਣੋ ਜਿਹੜੇ ਰੋਕ ਪਾਉਣ ਦੇ ਵਿੱਚ ਕਾਮਯਾਬ ਹੋਏ ਹੈ। ਬਟ ਇਹ ਬੜੀ ਅਨਫਾਰਚੁਨੇਟ ਹੈ ਇਹਦੇ ਲਈ ਹਜੇ, ਕਿਉਂਕਿ ਐਗਜੈਕਟ ਜਿੰਨਾ ਚਿਕਰ ਇਹ ਨਹੀਂ ਪਤਾ ਲੱਗਦਾ ਵੀ ਸੋਰਸ ਕਿੱਥੇ ਹੈ, ਉਹਨਾਂ ਚਿਕਰ ਸਾਰਿਆਂ ਨੂੰ ਅਸੀਂ ਰਿਕੁਐਸਟ ਕਰੂੰਗਾ ਤੁਹਾਡੇ ਜ਼ਰੀਏ ਵੀ ਕਰੋ ਵੀ ਇਸ ਏਰੀਏ ਨੂੰ ਰਸ਼ ਨਾ ਕਰਨ, ਜਿਹੜਾ ਵੀ ਆਪਦੇ ਟੀ ਵੀ ਵਗੈਰਾ 'ਤੇ ਜੋ ਦੇਖਣਾ ਉਹਨੂੰ ਦੇਖ ਲੈਣ, ਬਟ ਉਸ ਏਰੀਏ ਵੱਲ ਨੂੰ ਰਸ਼ ਨਾ ਕਰਨ। ਹਾਂਜੀ, ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਸੈਕਿੰਡ ਜੀ, ਉਹਨੂੰ ਮੈਂ ਹਾਂ, ਦੋ ਬੱਚੇ ਆ ਵੈਸੇ ਅਤੇ ਉਹਨੂੰ ਜਿਹੜਾ ਐਗਜੈਕਟ ਤੁਹਾਨੂੰ ਦੱਸ ਦਿੰਦੇ ਹਾਂ। ਨਹੀਂ, ਜਿਹੜਾ ਦੇਖੋ ਇਨੀਸ਼ੀਅਲ ਜਿਹੜੀ ਇਨਪੁੱਟ ਦਿੱਤੀ ਵੀ ਹੈ, ਮੈਂ ਤੁਹਾਨੂੰ ਉਹੀ ਇਨਪੁੱਟ ਉਹਨੂੰ ਦੱਸ ਦਿੰਦਾ। ਇਹਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਇਹਦੇ 'ਚ ਨਿਤਿਨ ਜਿਹੜਾ ਇੱਕ ਜਿਹੜਾ ਆਦਮੀ ਜਿਹੜਾ ਪਹਿਲਾਂ ਬੇਹੋਸ਼ ਸੀ, ਉਹਨੂੰ ਹੋਸ਼ ਆ ਗਈ ਆ। ਉਹਨੇ ਦੱਸਿਆ ਵੀ ਗੋਇਲ ਕਰਿਆਨਾ ਸਟੋਰ ਹੈ ਜਿਹਦੇ ਵਿੱਚ ਕੋਈ, ਉਹਦੇ ਸੂਗਰ ਰੋਡ ਦੇ ਵਿੱਚ ਸੀਗਾ, ਜਿਹਦੇ ਵਿੱਚ ਉਹ ਕੋਈ ਨਿਕਲ ਰਹੀ ਸੀ ਗੈਸ ਅਤੇ ਅਨਕੌਂਸ਼ੀਅਸ ਹੋ ਰਹੇ ਸੀ। ਅਤੇ ਕਹਿੰਦਾ ਮੈਂ ਵੀ ਉੱਥੇ ਪਹੁੰਚਿਆ ਅਤੇ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਵੀ ਅਨਕੌਂਸ਼ੀਅਸ ਹੋ ਗਿਆ। ਅਤੇ ਜਿਹੜਾ ਉੱਥੇ ਗੋਇਲ ਕਰਿਆਨਾ ਸਟੋਰ ਵਾਲਾ ਗੌਰਵ ਹੈ, ਉਹ ਹਜੇ ਅਨਕੌਂਸ਼ੀਅਸ ਹੈ, ਜਿਹੜਾ ਉੱਥੇ ਹੀ ਹੈ ਉਹਦੇ ਵਿੱਚ ਹੈਗਾ। ਅਤੇ ਉਹ ਜਿਹੜੀ ਹਜੇ ਸਮੈਲ, ਉਹ ਹਜੇ ਕਨਫਿਊਜ਼ਡ ਹੈ ਸਾਰੇ, ਨਾ ਤਾਂ ਉਹ ਦੱਸ ਪਾ ਰਿਹਾ, ਪਰ ਉਹ ਕਹਿ ਰਹੇ ਵੀ ਕਰਿਆਨਾ ਸਟੋਰ ਦੇ ਵਿੱਚੋਂ ਜਿਹੜੀ ਸਮੈਲ ਆਈ। ਨਹੀਂ, ਉਹ ਇਨੀਸ਼ੀਅਲ ਜਿਹੜਾ ਰਿਐਕਸ਼ਨ ਇਹ ਸੀਗਾ ਵੀ ਜਿਹੜਾ ਪਹਿਲਾਂ ਤਾਂ ਇੱਕ ਪਾਸੇ ਦੋ ਇਹਦੇ 'ਚ ਕਾਰਵਾਈ ਕੀਤੀ ਗਈ ਸੀ, ਇੱਕ ਤਾਂ ਜਿਹੜਾ ਆਊਟਰ ਜਿਹੜੇ ਲੋਕਾਂ ਨੂੰ ਆਉਣ ਤੋਂ ਰੋਕਣਾ ਬੜਾ ਜ਼ਰੂਰੀ ਸੀ, ਪਰ ਇਮੀਡੀਏਟਲੀ ਜਦੋਂ ਇਹ ਹੋਇਆ ਸੀ ਤਾਂ ਕਿਸੇ ਨੂੰ ਪਤਾ ਨਹੀਂ ਸੀ ਸਮੈਲ ਆ ਰਹੀ ਸੀ। ਅਤੇ ਪੁਲਿਸ ਆਫਿਸ ਕਈ ਮੁਲਾਜ਼ਮਾਂ ਨੇ ਅੱਛਾ ਕੰਮ ਵੀ ਕੀਤਾ, ਉਹਨਾਂ ਨੇ ਇੱਕ ਵਾਰੀ ਭੱਜ ਕੇ ਜਾ ਕੇ ਵੀ ਦੇਖੀਏ ਤਾਂ ਉਹਨਾਂ ਨੂੰ ਕੱਢੀਏ ਬਾਹਰ, ਉਹਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਨਹੀਂ, ਇਹ ਦੇਖੋ ਜੀ, ਇਹਦੇ 'ਚ ਮੇਰੇ ਵੱਲੋਂ ਕੋਈ ਹਾਫ ਬੇਕਡ ਗੱਲ ਨਹੀਂ ਕੀਤੀ ਜਾ ਸਕਦੀ। ਮੈਂ ਉਹਨਾਂ 'ਚ ਕਰ ਜਿੰਨਾ 'ਚ ਕਰ ਐਕਸਪਰਟ ਆ ਜਿਹੜੇ ਐਨ ਡੀ ਆਰ ਐਫ ਦੇ, ਵਿਦ ਪ੍ਰੋਪਰ ਗੈਸ ਮਾਸਕ ਅਤੇ ਉਹ ਪ੍ਰੋਪਰ ਸੂਟ ਪਾ ਕੇ ਅੰਦਰ ਗਏ ਹੋਏ ਆ। ਅਸੀਂ ਉੱਥੇ ਹੋਸਪਿਟਲ ਦੇ ਵਿੱਚ ਪਹਿਲਾਂ ਚੈੱਕ ਕੀਤਾ, ਫਿਰ ਉਦੋਂ ਬਾਅਦ ਇੱਥੇ, ਕਿਉਂਕਿ ਸਾਰਾ ਜਦੋਂ ਵੀ ਤੁਹਾਡੇ ਕੋਲ ਕੋਈ ਅਪਡੇਟ ਹੋਇਆ ਤੁਹਾਨੂੰ ਕਰ ਦਾਂਗੇ। ਉਹਦੇ 'ਚ ਇੱਕ ਬਿੱਲੀ ਹੈ ਜਿਹੜੀ, ਉਹ ਵੀ ਉੱਥੇ ਮਰੀ ਹੈ, ਕਿਉਂਕਿ ਇਨਸਾਨਾਂ ਨੂੰ ਇਫੈਕਟ ਕਰਦੀ ਹੈ ਤਾਂ ਦੂਜਿਆਂ ਨੂੰ ਵੀ ਇਫੈਕਟ ਕਰਦੀ ਹੈ। ਹਾਂ, ਮੈਂ ਨਾ ਤੁਹਾਨੂੰ ਵੀ ਸੁਜੈਸਟ ਕਰੂੰਗਾ, ਜਿਵੇਂ ਕਈਆਂ ਨੇ ਰੁਮਾਲ ਜਿਹੜੇ ਲਾਏ ਹੋਏ ਆ, ਅਤੇ ਇਹਨੂੰ ਵੀ ਥੋੜ੍ਹਾ ਜਿਹਾ ਉਸ ਪਾਸੋਂ, ਹਜੇ ਆਪਾਂ ਜਿਸ ਏਰੀਏ 'ਚ ਖੜ੍ਹੇ ਹਾਂ ਉਸ ਏਰੀਏ ਦੇ ਵਿੱਚ ਵੀ ਤੁਸੀਂ ਸਾਰੇ ਮਹਿਸੂਸ ਕਰਦੇ ਹੋਣੇ ਵੀ ਕਾਫੀ ਸਮੈਲ ਆ ਰਹੀ ਹੈ। ਹਾਂ, ਇਹ ਨਾ ਜੀ ਥਿੱਕਲੀ ਪਾਪੂਲੇਟਡ ਏਰੀਆ ਹੈ, ਇਹਦੇ ਵਿੱਚ ਮਾਈਗ੍ਰੈਂਟ ਲੇਬਰ ਜਿਹੜੇ ਰਹਿੰਦੇ ਆ। ਪਰ ਫਿਲਹਾਲ ਅਸੀਂ ਇੱਕ ਹੋਰ ਉਹਦੇ 'ਚ ਕੀਤਾ ਵੀ ਡਰੋਨ ਯੂਜ਼ ਕਰਕੇ ਜਿਹੜੀਆਂ ਘਰਾਂ ਦੀਆਂ ਛੱਤਾਂ ਅਤੇ ਹੋਰਾਂ ਤੋਂ ਦੇਖਿਆ, ਹਜੇ ਤੱਕ ਸਾਨੂੰ ਉਦੋਂ ਬਾਅਦ ਕੋਈ ਵੀ ਕੋਈ ਬੰਦਾ ਬੇਹੋਸ਼ ਪਿਆ ਜਾਂ ਹੋਰ ਨਹੀਂ ਮਿਲਿਆ। ਜਿੰਨੇ ਕੁ ਹਜੇ ਤੱਕ ਬੇਹੋਸ਼ ਪਏ ਸੀ ਮੈਨੂੰ ਲੱਗਦਾ ਉੱਥੋਂ ਇਵੈਕੂਏਟ ਹੋ ਗਏ ਆ, ਬਾਕੀ ਅਸੀਂ ਆਪਦੀ ਐਨ ਡੀ ਆਰ ਐਫ ਦੀ ਟੀਮ ਜਦੋਂ ਔਨ ਗਰਾਊਂਡ ਜਾਊਗੀ ਤੁਹਾਨੂੰ ਅਪਡੇਟ ਕਰਾਂਗੇ। ਨਹੀਂ ਦੇਖੋ, ਸਾਡੇ ਵੱਲੋਂ ਸੀਲ ਕੀਤਾ ਤਾਂ ਵਨ ਪਾਰਟ ਹੈ, ਪਰ ਤੁਹਾਡੇ ਵੱਲੋਂ ਐਜੂਕੇਟ ਕਰਨਾ ਮੈਂ ਰਿਕੁਐਸਟ ਕਰੂੰਗਾ ਵੀ ਤੁਸੀਂ ਐਜੂਕੇਟ ਕਰੋ ਵੀ ਉੱਥੇ ਰਸ਼ ਨਾ ਕਰਨ, ਕਿਉਂਕਿ ਆਪਾਂ ਨੂੰ ਸਾਰਿਆਂ ਦੀ ਸਿਹਤ ਲਈ ਆਪਾਂ ਨੂੰ ਉਨਾ ਹੀ ਜ਼ਰੂਰੀ ਹੈ। ਨਹੀਂ ਨਹੀਂ, ਉੱਥੋਂ ਤਾਂ ਜਿੰਨੇ ਵੀ ਬੇਹੋਸ਼ ਸੀ ਅਨਕੌਂਸ਼ੀਅਸ ਸੀ ਇਵੈਕੂਏਟ ਕਰ ਦਿੱਤੇ ਗਏ ਆ। ਹੁਣ ਆਸੇ ਪਾਸੇ ਦੇ ਘਰਾਂ ਨੂੰ ਜਿਹੜੀ ਉਹ ਟੀਮ ਜਾ ਕੇ ਉਹਨਾਂ ਦੇ ਨੇੜ ਤੇੜ ਦੇ ਘਰਾਂ 'ਚ ਵੀ ਦੇਖ ਰਹੀ ਹੈ, ਅਤੇ ਉਹਦੇ ਵਿੱਚ ਜਿਹੜਾ ਉੱਥੋਂ ਕੋਈ ਹੋਰ ਅਜੇ ਨਿਊਜ਼ ਨਹੀਂ ਆਏਗੀ ਇਨੀਸ਼ੀਅਲ। ਨਹੀਂ, ਉਸ ਏਰੀਏ ਦੇ ਵਿੱਚ ਸਾਰੇ ਹੀ, ਕਿਉਂਕਿ ਅਲਰਟ ਉਹਨਾਂ ਨੂੰ ਸਾਊਂਡ ਕੀਤਾ ਹੋਇਆ, ਸਾਰੇ ਅਫਸਰ ਨੇ ਜਿੰਨੇ ਆਪਦੇ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਮੈਸੇਜ ਪਾਇਆ ਵੀ ਇਸ ਟਾਈਪ ਦਾ ਹੈਗਾ। ਜਿੰਨਾ ਚਿਕਰ ਸੋਰਸ ਨਹੀਂ ਸਾਨੂੰ ਪਤਾ ਲੱਗਦਾ, ਵੱਖ ਵੱਖ ਕਿਆ ਸਰਾਈਆਂ, ਕੋਈ ਕਹਿ ਰਿਹਾ ਵੀ ਸ਼ਾਇਦ ਤੇਜ਼ਾਬ ਦੱਬ ਕੇ ਪਾਤਾ ਸਿਵਰ ਦੇ ਵਿੱਚ ਉਹਦੇ 'ਚੋਂ ਸਮੈਲ ਆ ਗਈ, ਕੋਈ ਕਹਿੰਦਾ ਜੀ ਕੋਈ ਉਹਦੀ ਕੈਨੀ ਖੋਲੀ ਵੀ ਵਿੱਚ ਕੈਮੀਕਲ ਵਾਲੀ ਸੀ ਉਹਦੀ ਸਮੈਲ ਆ ਗਈ। ਪਰ ਜਿੰਨਾ ਚਿਕਰ ਕਨਫਰਮ ਨਹੀਂ ਹੁੰਦਾ ਉਹਨਾਂ ਚਿਕਰ ਅਸੀਂ ਹਾਫ ਹਾਰਟਡ ਤੁਹਾਨੂੰ ਦੇ ਦਿੰਦੇ।